ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫਰ ਤੈ ਤਸੀ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਕਫਤ ਮੰਨੇ ਪਰਮੰਨੀਆਂ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਬਿਸੂ ਨਾਥ ਦਾਸ, ਆਜ਼ਾਦ ਭਾਰਤ ਦੇ ਅਣਵੰਡੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ, ਅਹਮਦਾਬਾਦ ਤੋਂ ਭਾਰਤ ਛੱਡੋ ਅੰਦੋਲਨ ਦੌਰਾਨ ਸਰਗਰਮ ਭੂਮਿਕਾ ਨਿਭਾਉਣ ਵਾਲੇ ਬਸੰਤ ਲਾਲ 라ਵਤ ਅਤੇ ਦਿੱਲੀ ਦੇ ਸੁਤੰਤਰਤਾ ਸੰਗਰਾਮੀ ਵਜੂਦ ਅਲੀ ਬਾਰੇ ਜਾਣਕਾਰੀ ਦੇ ਰਹੇ ਹਾਂ ਅੱਜ ਦੀ ਕੜੀ 'ਚ ਅਸੀਂ ਸੁਤੰਤਰਤਾ ਸੈਨਾਨੀ ਵਿਸ਼ਵਨਾਥ ਦਾਸ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ 8 ਮਾਰਚ 1899 ਨੂੰ ਹੋਇਆ ਸੀ ਉਹ ਮਹਾਤਮਾ ਗਾਂਧੀ ਦੇ ਕਹਿਣ ਤੇ 1921 ਵਿੱਚ ਵਕਾਲਤ ਛੱਡ ਕੇ ਨਾਮ ਮਿਲਵਰਤਨ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ ਬេសਨਾ ਦਾ 1921 ਤੋਂ 1930 ਤੱਕ ਮਦਰਾਸ ਸੂਬੇ ਦੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਹੇ ਅਤੇ 1931 ਵਿੱਚ ਅਸਤੀਫਾ ਦੇ ਕੇ ਨਮਕ ਸੱਤੇ ਗ੍ਰੈਜ ਸ਼ਾਮਿਲ ਹੋ ਗਏ। ਉਹਨਾਂ ਨੇ ਉੜੀਸ਼ਾ ਭਾਸ਼ੀ ਲੋਕਾਂ ਲਈ ਵੱਖਰੇ ਸੂਬੇ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਈ। ਉਹ 1937 ਤੋਂ 39 ਦੇ ਦੌਰਾਨ ਬ੍ਰਿਟਿਸ਼ ਸ਼ਾਸਨ ਦੇ ਉੜੀਸ਼ਾ ਸੂਬੇ ਦੇ ਪ੍ਰਧਾਨ ਮੰਤਰੀ ਬਣੇ। ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਅਪੀਲ ਤੇ 4 ਨਵੰਬਰ 1939 ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। Britain it has been recognized in statutes parliament derives its power from the people of britain and parliament was exercising the power of permoncy that being the position i do not see any reason how the state rulers and their representatives could object to these expressions samvidhan sabha ch 18 december 1946 nu biswanath das <laughs> da bhashan There is no reason for anyone to think that India would think of any other sovereign state than a republic and a republic does not mean wiping off the states i think that's a apprehension that is unfounded swatantrata to baad biswanath 1950 ch lok sabha li chune gaye te utkal pradesh congress committee de pradhan bane 1962 vich uttar pradesh sube de rajpal niyukt kite gaye ate baad vich 1971 vich odisha de mukhyamantri bane ਉੜੀਸ਼ਾ ਦੇ ਮੁੱਢ ਵਿਕਾਸ ਵਿੱਚ ਅਹਿਮ ਯੋਗਦਾਨ ਦੇਣ ਵਾਲੇ ਬਿਸ਼ਮੁਨਾਥ ਦਾਸ ਦਾ 2 ਜੂਨ 1984 ਨੂੰ ਦੇਹਾਂਤ ਹੋ ਗਿਆ। ਮਹਾਨ ਪਾਰਟੀ ਨੂੰ ਨਮਨ। ਅੱਜ ਅਸੀਂ ਸੁਤੰਤਰਤਾ ਸੰਾਨੀ ਅਤੇ ਸੁਤੰਤਰ ਭਾਰਤ ਵਿੱਚ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਪਾਰਗਵ ਨੂੰ ਯਾਦ ਕਰ ਰਹੇ ਹਾਂ। ਉਨ੍ਹਾਂ ਦਾ ਜਨਮ 8 ਮਾਰਚ 1899 ਨੂੰ ਹੋਇਆ ਸੀ। ਉਹ ਲਾਲਾ ਲਾਜਪਤ ਰਾਏ, ਪੰਡਿਤ ਮਦਨ ਮੋਹਨ ਮਾਲਵੀਆ ਅਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। पेशे ਤੋਂ ਮੈਡੀਕਲ ਡਾਕਟਰ ਗੋਪੀ ਚੰਦ ਦਾ ਜਨਮ ਹਰਿਆਣਾ ਦੇ ਸਿਰਸਾ ਜ਼ਿਲ੍ਹੇ 'ਚ ਹੋਇਆ ਸੀ ਉਹ 1919 ਵਿੱਚ ਜਲਿਆਂਵਾਲੇ ਬਾਗ ਦੇ ਕਤਲੇਆਮ ਤੋਂ ਦੁਖੀ ਹੋ ਕੇ ਰਾਜਨੀਤੀ ਚਾਹੀ ਅਤੇ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਿਲ ਹੋਏ ਉਸ ਤੋਂ ਬਾਅਦ ਗੋਪੀ ਚੰਦ ਨੇ ਗਾਂਧੀ ਜੀ ਵੱਲੋਂ ਸ਼ੁਰੂ ਕੀਤੇ ਗਏ ਹਰੇਕ ਅੰਦੋਲਨ ਵਿੱਚ ਹਿੱਸਾ ਲਿਆ ਤੇ 1921 ਤੋਂ 1942 ਦੌਰਾਨ ਕਈ ਵਾਰ ਜੇਲ੍ਹ ਗਏ ਉਹਨਾਂ ਨੇ ਕਾਂਗਰਸ ਸੰਗਠਨ ਵਿੱਚ ਕਈ ਅਹੁਦੇ ਸੰਭਾਲੇ 1946 ਵਿੱਚ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਸਰਦਾਰ ਪਟੇਲ ਦੇ ਕਹਿਨ ਤੇ ਉਹਨਾਂ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰ ਲਿਆ ਉਹ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਉਹ ਗਾਂਧੀ ਮੈਮੋਰੀਅਲ ਫੰਡ ਦੇ ਪਹਿਲੇ ਪ੍ਰਧਾਨ ਵੀ ਸਨ 26 ਦਸੰਬਰ 1968 ਨੂੰ ਗੋਪੀ ਚੰਦ ਦਾ ਦੇਹਾਂਤ ਹੋ ਗਿਆ ਸਾਡੇ ਵੱਲੋਂ ਮਹਾਨ ਵਿਰਸ਼ਟਵਾਦੀ ਨੂੰ ਨਮਨ ਅੱਜ ਅਸੀਂ ਸ਼ਹੀਦ ਬਸੰਤ لال रावत ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ ਉਹਨਾਂ ਨੇ 1942 ਵਿੱਚ ਅਹਮਦਾਬਾਦ ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਸਰਗਰਮ ਰੂਪ ਚ ਹਿੱਸਾ ਲਿਆ ਸੀ ਬ੍ਰਿਟਿਸ਼ ਸ਼ਾਸਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਗੋਲੀਬਾਰੀ ਚ ਬਸੰਤ لال ਸ਼ਹੀਦ ਹੋ ਗਏ ਭਾਰਤ ਦੇ ਮਹਾਨ ਸਪੂਤ ਨੂੰ ਸਾਡਾ ਨਮਨ ਅੱਜ ਅਸੀਂ ਦਿੱਲੀ ਦੇ ਨਿਵਾਸੀ ਸੁਤੰਤਰਤਾ ਸੈਨਾਨੀ ਵਜੂਦ ਅਲੀ ਨੂੰ ਮੀャਦ ਕਰ ਰਹੇ ਹਾਂ ਉਹਨਾਂ ਨੇ 1857 ਚ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਚ ਹਿੱਸਾ ਲਿਆ ਸੀ ਦਿੱਲੀ ਦੇ ਲੈਫਟੀਨੈਂਟ ਕਮਾਂਡਰ ਦੀ ਹੱਤਿਆ ਅਤੇ ਰਾਜ ਤ੍ਰੋ ਦੇ ਦੋਸ਼ਾਂ ਚ ਬ੍ਰਿਟਿਸ਼ ਸੈਨਾ ਨੇ ਵਜੂਦ ਅਲੀ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੂੰ 8 ਮਾਰਚ 1858 ਨੂੰ ਫਾਂਸੀ ਦੇ ਦਿੱਤੀ ਗਈ ਸ਼ਹੀਦ ਵਜੂਦ ਅਲੀ ਨੂੰ ਨਮਨ